जेड़े काम नूं अपने मनों कीता जाए बड़ी खुशी मिलती है, बिल्कुल कुछ भी मुश्किल नहीं होता। इदां लगता कि जिंदगी दे दिन बड़े सोहणे कट्टे जा रहे हैं। अज अपने हथी लाया बूटियां नूं फुल ते फल लगते देख के वह नज़ारा मिलता जिहड़ा मिल ही नहीं सकता किसी नूं भी। कितने बड़ी लोड़ सी समाज नूं इन्हां बूटियां दी, इस वेले भी है, पर विशेष करके जिहड़े दवाइयां वाले बूटे है, जड़ी बूटियां हैगियां, इन्हां दा एक जगह ते इकट्ठे मिलना बहुत मुश्किल सी। कुछ मेरे दोस्तों नूं जरूरत पई, वो एक एक जड़ी बूटी लभण लई 14-14, 15-15 किलोमीटर तक जा के खाली हाथ मुड़ के आते सी, ते आ के मेरे नाल जदों मेल करना तो मैं उन्होंने किते ना किते वो बूटी जिहड़ी है वो मुहैया करवा देनी। मेरे प्रधान जी ते मेरे सारे ही मैंबर सोसाइटी दे वो कुछ मेरे इंट्रस्ट नूं देख के इन्ने कु ज़्यादा इंट्रस्टड होए कि सारिआं ने कहा कि शर्मा जी एक पार्क जिहड़ा जड़ी बूटियां दा बनाओ। उस उपराले दे अंतर्गत असी जिहड़ा है यह पार्क चुनिया जिहड़ा कि घरां दे विच है, बिल्कुल वसों दे नाल है, इहदे विच डिफरेंट डिफरेंट जड़ियां बूटियां लगाईआं। मैनूं पैदा ही उस घर विच कीता जिस घर दे विच वैद सी, मेरे दादा जी वैद सीगे, मन्ने पर मन्ने वैद सी मेरे इलाके दे। सब कुछ ज्ञान जिहड़ा है मेरी दादी जी कोलों, मैं बाबा जी नूं देखिया नहीं मगर दादी जी कोलों मैं पुछता हुंदा सी बचपन तो ही, दादी जी आ की है, इस तरह वो आदत एक मेनटेन रही। तो अपने बजुर्गों तो सुनिया गल्लां सारियां ही कम दियां सीगियां, वो जिहड़ियां जिंदगी दे विच हुण कम आण लईआं। इहदी जड़ां तो शुरू हो जाओ, इहदी जड़ दा अचार पैंदा है। अच्छा जी, ਇਹਦੇ ਵਿੱਚ ਗੂੰਦ ਅਗਰ ਵਿੱਚ ਆਈ ਤੁਹਾਨੂੰ ਮਿਲ ਜਾਏ, ਉਹਨੂੰ ਕਾਲੀ ਗੂੰਦ ਦੇ ਨਾਂ ਨਾਲ ਜਾਣੀ ਜਾਂਦੀ ਹੈ, ਉਹਦੇ ਵਿੱਚ ਬਹੁਤ ਬਿਮਾਰੀਆਂ ਦਾ ਇਲਾਜ ਉਹਦੇ ਨਾਲ ਕੀਤਾ ਜਾਂਦਾ ਹੈ, ਜਿਹਦੀ ਕੋਸਟ ਅਪਰੋਕਸੀਮੇਟ 1500 ਰੁਪਈਆ ਕਿਲੋ ਹੈ। ਅੱਛਾ ਜੀ, ਇੰਨੀ ਮਹਿੰਗੀ ਹੈ। ਇਹਦੇ ਪੱਤਿਆਂ ਦਾ ਪਾਊਡਰ ਬਣਾ ਕੇ ਕੈਪਸੂਲ ਜਲਾਂ 'ਚ ਭਰ ਕੇ ਮਾਰਕੀਟਿੰਗ ਹੋ ਰਹੀ ਹੈ ਇਸ ਵੇਲੇ। 2 ਗ੍ਰਾਮ ਦਾ ਕੈਪਸੂਲ ਇਹਦੇ ਪੱਤਿਆਂ ਦੇ ਪਾਊਡਰ ਦਾ 6 ਰੁਪਏ ਦਾ ਹੈ। ਇਹਨੂੰ WHO ਨੇ ਸੁਪਰ ਫੂਡ ਆਫ ਦਾ ਵਰਲਡ ਇਹਨੂੰ ਖਿਤਾਬ ਦਿੱਤਾ ਹੈ। ਅਤੇ ਕੁਛ ਕੰਟਰੀਜ਼ ਨੇ ਅਕਾਲ ਪੈਣ ਦੇ ਟਾਈਮ ਦੇ ਉੱਤੇ ਇਹਦੀ ਜ਼ਿਆਦਾ ਤੋਂ ਜ਼ਿਆਦਾ ਪਲਾਂਟੇਸ਼ਨ ਆਪਣੇ ਦੇਸ਼ਾਂ ਵਿੱਚ ਕਰਵਾਈ ਹੈ। ਮੁੜ ਕੇ ਅਗਰ ਅਕਾਲ ਪਵੇ ਤਾਂ ਉੱਥੇ ਦੀ ਜਨਤਾ ਭੁੱਖੀ ਨਾ ਮਰੇ, ਉਹਨੂੰ ਤੱਤ ਸਰੀਰਕ ਸਹੀ ਰੱਖਣ ਲਈ ਮਿਲਦੇ ਰਹੇ। ਮੇਰੇ ਵਿੱਚ ਤਾਂ ਹੋਰ ਵੀ ਕਈ ਗੁਣ ਹੈਗੇ ਹੈ ਕਿ ਪਹਿਲਾਂ ਜਾ ਕੇ ਜਿਹੜਾ ਹੈ ਨਾ ਸ਼ੇਅਰ ਕਰ ਲੈਣੀ, ਜੇ ਸ਼ੇਅਰ ਕਰਕੇ ਨਹੀਂ ਮਿਲੀ ਮੰਗਣ 'ਤੇ ਚੀਜ਼ ਨਹੀਂ ਮਿਲੀ ਹੈ ਤਾਂ ਫਿਰ ਮੁੱਲ ਦੇਣਾ, ਜੇ ਫਿਰ ਵੀ ਨਹੀਂ ਮਿਲੀ ਹੈ ਤਾਂ ਪੱਟ ਕੇ ਲੈ ਆਣੀ। ਜਿਹੜਾ ਕੰਮ ਕਰਨਾ ਉਹ ਜ਼ਰੂਰ ਕਰ। ਵਿਹੜਾ ਇੱਥੇ ਹੈਗਾ, ਆਹ ਵਿਹੜਾ ਹੈ ਹਰੜ ਅਤੇ ਆਂਬਲਾ ਆਪਾਂ ਦੂਸਰੀ ਸਾਈਡ 'ਤੇ ਹੈਗੇ ਆ ਸਾਡੀ ਪਿੱਛੇ ਪਾਰਕ ਦੀ, ਉਹਦੇ ਵਿੱਚ ਹੈਗੇ ਆ। ਇਹ ਇੰਨੇ ਕੁ ਬੂਟੇ ਮੈਂ ਆਪਣੀ ਕਲੋਨੀ ਦੇ ਵਿੱਚ ਜਾਂ ਆਪਣੇ ਪਾਰਕਾਂ ਵਿੱਚ ਲਗਾਏ ਹੈ ਕਿ ਜਿਹੜਾ ਕਿ 40 ਰੁਪਏ ਦਾ 200 ਗ੍ਰਾਮ 3 ਚੀਜ਼ਾਂ ਦਾ ਪਾਊਡਰ ਸਾਨੂੰ ਬਾਜ਼ਾਰ ਤੋਂ ਮਿਲਦਾ ਹੈ, ਉਹ ਇੱਥੇ 40-40 ਬੋਰੀਆਂ ਮਤਲਬ ਸੂਰਿਆ ਇਨਕਲੇਵ ਵਾਲੇ ਫਰੀ 'ਚ ਭਰ ਲੈਣ, ਇਹ ਮੁੱਕਣਗੇ ਨਹੀਂ, ਮੁੱਕਣਗੇ। ਨਮਸਕਾਰ, ਪੰਜਾਬ ਨਿਊਜ਼ ਨਾਲ ਜੁੜੇ ਹੋ ਤੁਸੀਂ ਅਤੇ ਮੈਂ ਹਰਦੀਪ ਸ਼ੇਰਪੁਰ ਤੁਹਾਡਾ ਸਵਾਗਤ ਕਰਦਾ, ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ। ਦੋਸਤੋ, ਪੁਰਾਣੀ ਇੱਕ ਕਵਿਤਾ, ਉਹ ਕਵਿਤਾ 'ਤੇ ਜੇਕਰ ਮੈਂ ਬੋਲ ਤੁਹਾਡੇ ਸਨਮੁੱਖ ਕਰਾਂ ਕਿ ਕੁਝ ਰੁੱਖ ਮੈਨੂੰ ਪੁੱਤਰ ਲੱਗਦੇ, ਕੁਝ ਰੁੱਖ ਲੱਗਦੇ ਮਾਵਾਂ, ਕੁਝ ਰੁੱਖ ਧੀਆਂ ਭੈਣਾਂ ਲੱਗਦੇ ਅਤੇ ਕੁਝ ਮਾਂਗ ਭਰਾਵਾਂ, ਇਹ ਜਿਹੜੇ ਸਲੋਗਨ ਨੇ ਇਹ ਸਲੋਗਨ ਉਦੋਂ ਹੀ ਯਾਦ ਆਉਂਦੇ ਨੇ ਜਦੋਂ ਆਪਾਂ ਕੁਦਰਤ ਨਾਲ ਜੁੜਦੇ ਹਾਂਗੇ ਜਾਂ ਫਿਰ ਕੁਦਰਤ ਨਾਲ ਜੁੜੇ ਹੋਏ ਇਨਸਾਨਾਂ ਨੂੰ ਮਿਲਦੇ ਹਾਂਗੇ। ਅੱਜ ਇੱਕ ਅਜਿਹੇ ਇਨਸਾਨ ਨਾਲ ਤੁਹਾਡੀ ਮੁਲਾਕਾਤ ਕਰਾਊਂਗਾ। ਅਕਸਰ ਕੀ ਦੇਖਦੇ ਆਪਾਂ, ਪੁੱਤਰ ਅਡੋਪਟ ਕਰਦੇ ਜ਼ਰੂਰ ਸੁਣੇ ਹੋਣਗੇ, ਜਾਂ ਫਿਰ ਕਹਿੰਦੇ ਜਿਹੜੇ ਡੌਗੀ ਹੁੰਦੇ ਨੇਗੇ ਜਾਂ ਫਿਰ ਜਾਨਵਰ ਹੁੰਦੇ ਆ ਉਹ ਅਡੋਪਟ ਕਰਕੇ ਜ਼ਰੂਰ ਅਡੋਪਟ ਕਰਦੇ ਜ਼ਰੂਰ ਸੁਣੇ ਹੋਣਗੇ, ਪਰ ਅੱਜ ਇੱਕ ਅਜਿਹੇ ਸ਼ਖਸ ਨੂੰ ਮਿਲਾਊਂਗਾ ਜਿਨ੍ਹਾਂ ਨੇ ਪਾਰਕ ਅਡੋਪਟ ਕਰੇ ਹੋਏ ਨੇਗੇ, ਜਾਂ ਫਿਰ ਮੈਂ ਕਹੂੰਗਾ ਇੱਕ ਪਾਰਕ ਨੂੰ ਪਾਲ ਰਹੇ ਨੇਗੇ। ਇੱਕ ਹੀ ਪਾਰਕ ਨਹੀਂ ਕਹੂੰਗਾ, ਅਜਿਹੇ ਅਨੇਕਾਂ ਪਾਰਕ ਨੇ ਜਿਨ੍ਹਾਂ ਦੀ ਮੈਂਟੇਨੈਂਸ ਆਪਦੇ ਵੱਲੋਂ ਕਰਵਾਈ ਜਾਂਦੀ ਹੈ, ਅਤੇ ਇਹ ਜਿਹੜੇ ਪਾਰਕ ਹੈ ਮਾਮੂਲੀ ਪਾਰਕ ਨਹੀਂ ਮੈਂ ਕਹੂੰਗਾ ਇਹਨਾਂ ਨੂੰ। ਇਸ ਪਾਰਕ ਦਾ ਜੇਕਰ ਆਪਾਂ ਦੋਸਤੋ ਇਕੱਲੇ ਇਕੱਲੇ ਬੂਟੇ ਦਾ ਜ਼ਿਕਰ ਕਰਨ ਲੱਗ ਜਾਈਏ ਨਾ ਤਾਂ ਇੰਟਰੋ ਕਾਫੀ ਵੱਡੀ ਚਲੀ ਜਾਣੀ, ਕਿਉਂਕਿ ਇਕੱਲੇ ਇਕੱਲੇ ਬੂਟੇ ਲਾਉਣ ਦਾ ਇੱਕ ਰੀਜ਼ਨ ਹੈ। ਇੱਕ ਇੱਕ ਬੂਟਾ ਪਤਾ ਨਹੀਂ ਕਿੰਨੀਆਂ ਕੁ ਬਿਮਾਰੀਆਂ ਕਵਰ ਕਰਦਾ, ਪਤਾ ਨਹੀਂ ਕਿੰਨੀਆਂ ਕੁ ਬਿਮਾਰੀਆਂ ਦੂਰ ਕਰਦਾ, ਅਤੇ ਇਸ ਚੀਜ਼ ਦਾ ਗਿਆਨ ਲੈਣ ਲਈ, ਇਸ ਚੀਜ਼ ਬਾਰੇ ਚਾਨਣਾ ਪਾਉਣ ਲਈ ਸਾਡੇ ਨਾਲ ਰੌਸ਼ਨ ਲਾਲ ਜੀ ਮੌਜੂਦ ਹੋਣਗੇ, ਜਲੰਧਰ ਵਿਖੇ ਮੌਜੂਦ ਆ। ਅਸੀਂ ਆਪਾਂ ਗੱਲਬਾਤ ਕਰਾਂਗੇ ਕਿ ਜਿਹੜੇ ਪਾਰਕ ਅਡੋਪਟ ਕਰਨ ਦਾ ਸ਼ੌਂਕ ਬਣਿਆ, ਜਾਂ ਫਿਰ ਮੈਂ ਕਹੂੰਗਾ ਪਾਰਕ ਅਡੋਪਟ ਕਰਨ ਦੇ ਜਿਹੜੇ ਉਤਸ਼ਾਹਤਾ ਪੈਦਾ ਹੋਈ, ਕਿਵੇਂ ਪੈਦਾ ਹੋਈ, ਕਿਵੇਂ ਲੱਗਿਆ ਯਾਰ ਕਿ ਆਪਾਂ ਪੌਦਿਆਂ ਨੂੰ ਪਾਲੀਏ ਜਾਂ ਫਿਰ ਪੌਦਿਆਂ ਦੇ ਨਾਲ ਜੁੜ ਕੇ ਰਹੀਏ। ਸਭ ਤੋਂ ਪਹਿਲਾਂ ਰੌਸ਼ਨ ਜੀ ਸਵਾਗਤ ਕਰਦੇ ਹਾਂ ਪੰਜਾਬ ਨੂੰ, ਅਤੇ ਤੁਹਾਡਾ ਜੀ ਨਮਸਕਾਰ ਜੀ। ਜੀ ਰੌਸ਼ਨ ਜੀ, ਸਭ ਤੋਂ ਪਹਿਲਾਂ ਸਵਾਲ ਮੇਰਾ ਇਹੀ ਹੋਊਗਾ ਨਾ, ਪਾਰਕ ਅਕਸਰ ਜਿਹੜਾ ਪਾਰਕ ਬਣੇ ਹੁੰਦੇ ਨੇਗੇ ਇਹ ਕਿਹੜਾ ਜਦੋਂ ਸਰੀਰ ਵਿਰਧ ਹੋ ਜਾਂਦਾ ਹੈਗਾ, ਜਾਂ ਫਿਰ ਕੋਈ ਕਹਿ ਦਈਏ ਆਪਾਂ ਜਦੋਂ 60 ਤੋਂ ਉਮਰ ਟੱਪ ਜਾਂਦੀ ਹੈ, ਅਗਲਾ ਕਹਿੰਦਾ ਯਾਰ ਕੋਈ ਗੱਲ ਨਹੀਂ ਯਾਰ ਪਾਰਕ ਦੇ ਵਿੱਚ ਆਪਾਂ
ਸ਼ਹਿਰ ਕਰਨ ਚੱਲਦੇ ਹਾਂ, ਸ਼ਹਿਰ ਕਰਕੇ ਆ ਜਾਵਾਂਗੇ, ਘੁੰਮ ਫਿਰ ਕੇ ਆ ਜਾਵਾਂਗੇ, ਉੱਥੇ ਵਾਤਾਵਰਨ ਵਧੀਆ ਹੁੰਦਾ ਹੈਗਾ, ਤੁਸੀਂ ਵੀ ਇਕੱਲੀ ਸ਼ਹਿਰ ਕਰ ਸਕਦੇ। ਪਰ ਤੁਸੀਂ ਜਿਵੇਂ ਕਿ ਦੱਸਿਆ 25 ਪਾਰਕ ਤੁਸੀਂ ਆਪਦੀ ਮੈਂਟੇਨੈਂਸ ਦੇ ਅੰਡਰ ਲੈਤੇ ਹੋਏ ਨੇ, 25 ਪਾਰਕਾਂ ਦੀ ਸਾਂਭ ਸੰਭਾਲ ਕਰ ਦਿਓਗੇ, ਕਿਵੇਂ ਕਿੰਨਾ ਕੁ ਮੁਸ਼ਕਿਲ ਲੱਗਦਾ ਪਹਿਲਾਂ ਤਾਂ ਪੁੱਛੂਗਾ, ਕਿਉਂਕਿ ਪਾਰਕ ਛੋਟੇ ਛੋਟੇ ਮੋਟੇ ਤਾਂ ਹੁੰਦੇ ਨਹੀਂ ਹੈਗੇ ਜੀ, ਇਕੱਲੇ ਇਕੱਲੇ ਦਰੱਖਤ ਦਾ ਦੇਖਣਾ, ਜੇ ਇੱਕ ਵੀ ਇੱਕ ਦਰੱਖਤ ਸੁੱਕ ਰਿਹਾ ਹੈਗਾ ਤਾਂ ਉਹਦੇ ਪਿੱਛੇ ਕੀ ਰੀਜ਼ਨ ਹੋ ਸਕਦਾ ਹੈਗਾ, ਇੱਕ ਦਰੱਖਤ ਨੂੰ ਪਾਣੀ ਪਾਉਣਾ ਵੀ ਹੈ ਜਾਂ ਨਹੀਂ ਪਾਉਣਾ, ਕਿੰਨਾ ਕੁ ਮੁਸ਼ਕਿਲ ਲੱਗਦਾ ਪਹਿਲਾਂ ਤਾਂ ਇਹ ਕੰਮ ਇਹੀ ਪੁੱਛਣਾ ਚਾਹੂੰਗਾ। ਇੱਦਾਂ ਹੈ, ਜਿਹੜੇ ਕੰਮ ਨੂੰ ਆਪਣੇ ਮਨੋਂ ਕੀਤਾ ਜਾਏ ਬੜੀ ਖੁਸ਼ੀ ਮਿਲਦੀ ਹੈ, ਬਿਲਕੁਲ ਕੁਝ ਵੀ ਮੁਸ਼ਕਿਲ ਨਹੀਂ ਹੁੰਦਾ, ਇੱਦਾਂ ਲੱਗਦਾ ਕਿ ਜ਼ਿੰਦਗੀ ਦੇ ਦਿਨ ਬੜੇ ਸੋਹਣੇ ਕੱਟੇ ਜਾ ਰਹੇ ਆ। ਅੱਜ ਆਪਣੇ ਹੱਥੀਂ ਲਾਇਆ ਬੂਟਿਆਂ ਨੂੰ ਫੁੱਲ ਅਤੇ ਫਲ ਲੱਗਦੇ ਦੇਖ ਕੇ ਉਹ ਨਜ਼ਾਰਾ ਮਿਲਦਾ ਜਿਹੜਾ ਮਿਲ ਹੀ ਨਹੀਂ ਸਕਦਾ ਕਿਸੇ ਨੂੰ ਵੀ ਕਿਤੇ। ਜਦੋਂ ਆਪਣੇ ਹੱਥੀਂ ਮੈਂ ਫਲ ਤੋੜ ਕੇ ਕਿਸੇ ਨੂੰ ਖਾਣ ਨੂੰ ਦਿੰਦਾ ਹੈ ਜਾਂ ਕੁਝ ਹੈ ਤਾਂ ਇੱਕ ਅਲੱਗ ਜਿਹਾ ਟੇਸਟ ਮੈਨੂੰ ਆਉਂਦਾ ਹੈ ਖੁਦ ਨੂੰ ਕਿ ਬਹੁਤ ਵਧੀਆ ਲੱਗਦਾ। ਬੜੀ ਲੋੜ ਸੀ ਸਮਾਜ ਨੂੰ ਇਹਨਾਂ ਬੂਟਿਆਂ ਦੀ, ਇਸ ਵੇਲੇ ਵੀ ਹੈ, ਪਰ ਵਿਸ਼ੇਸ਼ ਕਰਕੇ ਜਿਹੜੇ ਦਵਾਈਆਂ ਵਾਲੇ ਬੂਟੇ ਹੈ, ਜੜੀ ਬੂਟੀਆਂ ਹੈਗੀਆਂ, ਇਹਨਾਂ ਦਾ ਇੱਕ ਜਗ੍ਹਾ 'ਤੇ ਇਕੱਠੇ ਮਿਲਣਾ ਬਹੁਤ ਮੁਸ਼ਕਿਲ ਸੀ। ਮੈਂ ਦੇਖਿਆ ਕੁਛ ਮੇਰੇ ਦੋਸਤਾਂ ਨੂੰ ਜ਼ਰੂਰਤ ਪਈ, ਉਹ ਇੱਕ ਇੱਕ ਜੜੀ ਬੂਟੀ ਲੱਭਣ ਲਈ 14-14, 15-15 ਕਿਲੋਮੀਟਰ ਤੱਕ ਜਾ ਕੇ ਖਾਲੀ ਹੱਥ ਮੁੜ ਕੇ ਆਉਂਦੇ ਸੀ ਅਤੇ ਆ ਕੇ ਮੇਰੇ ਨਾਲ ਜਦੋਂ ਮੇਲ ਕਰਨਾ ਤਾਂ ਮੈਂ ਉਹਨਾਂ ਨੂੰ ਕਿਤੇ ਨਾ ਕਿਤੇ ਉਹ ਬੂਟੀ ਜਿਹੜੀ ਹੈ ਉਹ ਮੁਹੱਈਆ ਕਰਵਾ ਦੇਣੀ। ਇਸ ਕਲੋਨੀ 'ਚ ਆਇਆ ਮੈਂ ਬੜਾ ਵਡਭਾਗਾ ਹਾਂ, ਸੁਰੇਨ ਕਲੇਵ ਵਿੱਚ ਜਿਸਲੇ 2010 ਵਿੱਚ ਮੈਂ ਆਇਆ, ਆ ਕੇ ਵੇਖਿਆ ਅਜੀ ਇੰਪਰੂਵਮੈਂਟ ਟਰੱਸਟ ਨੇ ਇੱਥੇ ਕੁਝ ਨਹੀਂ ਸੀ ਕੀਤਾ, ਸਾਰੇ ਪਾਰਕ ਉਜਾੜ ਸੀਗੇ, ਸਾਰੇ ਡਿਵਾਈਡਰ ਉਜਾੜ ਸੀ। ਅਸੀਂ ਇੱਕ ਆਪਣੀ ਵੈਲਫੇਅਰ ਸੁਸਾਇਟੀ ਬਣਾਈ ਸੁਰੇਨ ਕਲੇਵ ਵੈਲਫੇਅਰ ਸੁਸਾਇਟੀ ਦੇ ਨਾਂ ਨਾਲ, ਜਿੱਦਾਂ ਮੈਂ ਉਸ ਵੇਲੇ ਜਨਰਲ ਸੈਕਟਰੀ ਬਣਿਆ, ਅਤੇ ਮੇਰੇ ਪ੍ਰਧਾਨ ਜੀ ਅਤੇ ਮੇਰੇ ਸਾਰੇ ਹੀ ਮੈਂਬਰ ਸੁਸਾਇਟੀ ਦੇ ਉਹ ਕੁਛ ਮੇਰੇ ਇੰਟਰਸਟ ਨੂੰ ਦੇਖ ਕੇ ਇੰਨੇ ਕੁ ਜ਼ਿਆਦਾ ਇੰਟਰਸਟਡ ਹੋਏ ਕਿ ਸਾਰਿਆਂ ਨੇ ਕਿਹਾ ਕਿ ਸ਼ਰਮਾ ਜੀ ਇੱਕ ਪਾਰਕ ਜਿਹੜਾ ਜੜੀ ਬੂਟੀਆਂ ਦਾ ਬਣਾਓ। ਉਸ ਉਪਰਾਲੇ ਦੇ ਅੰਤਰਗਤ ਅਸੀਂ ਜਿਹੜਾ ਹੈ ਇਹ ਪਾਰਕ ਚੁਣਿਆ ਜਿਹੜਾ ਕਿ ਘਰਾਂ ਦੇ ਵਿੱਚ ਹੈ, ਬਿਲਕੁਲ ਵਸੋਂ ਦੇ ਨਾਲ ਹੈ, ਅਤੇ ਇਹਦੇ ਵਿੱਚ ਡਿਫਰੈਂਟ ਡਿਫਰੈਂਟ ਜੜੀਆਂ ਬੂਟੀਆਂ ਲਗਾਈਆਂ, ਲਗਭਗ 150 ਕਿਸਮ ਦੀ ਜੜੀ ਬੂਟੀ ਇਸ ਵੇਲੇ ਮੇਰੇ ਕੋਲ ਇਸ ਪਾਰਕ। ਜੇਕਰ ਦੇਖਿਆ ਜਾਵੇ ਤਾਂ ਨਾ ਜਿਵੇਂ ਤੁਸੀਂ ਦੱਸਿਆ 150 ਕਿਸਮ ਦੀ ਜੜੀ ਬੂਟੀ ਇੱਧਰ ਲਾਈ ਹੋਈ ਹੈਗੀ ਇਹਦੇ ਵਿੱਚ, ਫਿਰ ਉਹ ਪਹਿਲਾਂ ਉਹ 150 ਜੜੀ ਬੂਟੀਆਂ ਦਾ ਗਿਆਨ ਵੀ ਲਿੱਤਾ ਹੋਊਗਾ ਤੁਸੀਂ ਨੇ, ਉਹਦੇ ਬਾਰੇ ਨੌਲੇਜ ਵੀ ਇਕੱਠੀ ਕਰੀ, ਕਿਉਂਕਿ ਇਹ ਤਾਂ ਹੈ ਨਹੀਂ ਗਾ ਜਿਵੇਂ ਹੁਣ ਮੈਨੂੰ ਕੋਈ ਪੁੱਛ ਲਿਆ ਯਾਰ ਵੀ ਆਹ ਬੂਟਾ ਲੱਗਿਆ ਵੀ ਇਹਦੇ ਕੀ ਫਾਇਦੇ ਨੇ, ਮੈਨੂੰ ਬਿਲਕੁਲ ਨਹੀਂ ਪਤਾ ਹੈਗੇ, ਤੁਸੀਂ ਫਿਰ ਗਿਆਨ ਇਹਨਾਂ ਕਿੱਥੋਂ ਇਕੱਤਰ ਕੀਤਾ, ਕਿਉਂਕਿ ਇੰਨੀਆਂ ਜੜੀ ਬੂਟੀਆਂ ਨੇਗੀਆਂ, ਇੰਨੀਆਂ ਅੱਜ ਕੱਲ੍ਹ ਤਾਂ ਦਵਾਈਆਂ ਬਿਮਾਰੀਆਂ ਹੋ ਚੁੱਕੀਆਂ ਨੇ, ਹਰ ਇੱਕ ਬਿਮਾਰੀ ਦਾ ਜਿਹੜਾ ਇਲਾਜ ਲੱਭਣਾ ਮੈਂ ਕਹਿੰਦਾ ਕਿਤੇ ਨਾ ਕਿਤੇ ਮੁਸ਼ਕਿਲ ਬੜਾ ਹੁੰਦਾ ਹੈਗਾ, ਫਿਰ ਤੁਸੀਂ ਇੰਨਾ ਗਿਆਨ ਇਕੱਤਰ ਕਿੱਥੋਂ ਕਰਿਆ? ਲਈ ਐਕਚੁਅਲੀ ਗਿਆਨ ਜਿਹੜਾ ਹੈ ਰੱਬ ਹੀ ਦਿੰਦਾ, ਮੈਨੂੰ ਪੈਦਾ ਹੀ ਉਸ ਘਰ ਵਿੱਚ ਕੀਤਾ ਜਿਸ ਘਰ ਦੇ ਵਿੱਚ ਵੈਦ ਸੀ, ਮੇਰੇ ਦਾਦਾ ਜੀ ਵੈਦ ਸੀਗੇ, ਮੰਨੇ ਪਰਮੰਨੇ ਵੈਦ ਸੀ ਮੇਰੇ ਇਲਾਕੇ ਦੇ। ਮੈਂ ਹਿਮਾਚਲ ਪ੍ਰਦੇਸ਼ ਡਿਸਟ੍ਰਿਕਟ ਊਨਾ ਦਾ ਗਾਂਵ ਰੌਣਖਰ ਵਿੱਚ ਜੰਦੌੜ ਪਰਿਵਾਰ ਦਾ ਸਿੰਦਾ ਹਾਂ, ਪੰਡਿਤ ਬਦਾਵਾ ਰਾਮ ਜੀ ਵੈਦ ਜੀ ਦਾ ਪੋਤਾ ਹਾਂ ਮੈਂ, ਅਤੇ ਇਹ ਮੇਰੇ ਖੂਨ ਵਿੱਚ ਆਇਆ ਸੀ ਸਭ ਕੁਝ ਗਿਆਨ ਜਿਹੜਾ ਹੈ। ਮੇਰੀ ਦਾਦੀ ਜੀ ਕੋਲੋਂ ਮੈਂ ਬਾਬਾ ਜੀ ਨੂੰ ਦੇਖਿਆ ਨਹੀਂ, ਮਗਰ ਦਾਦੀ ਜੀ ਕੋਲੋਂ ਮੈਂ ਪੁੱਛਦਾ ਹੁੰਦਾ ਸੀ ਬਚਪਨ ਤੋਂ ਹੀ, ਦਾਦੀ ਜੀ ਆਹ ਕੀ ਹੈ ਆਹ ਕੀ ਹੈ, ਇਸ ਤਰ੍ਹਾਂ ਉਹ ਆਦਤ ਇੱਕ ਮੈਂਟੇਨ ਰਹੀ, ਅਤੇ ਆਪਣੇ ਬਜ਼ੁਰਗਾਂ ਤੋਂ ਸੁਣੀਆਂ ਗੱਲਾਂ ਸਾਰੀਆਂ ਹੀ ਕੰਮ ਦੀਆਂ ਸੀਗੀਆਂ, ਉਹ ਜਿਹੜੀਆਂ ਜ਼ਿੰਦਗੀ ਦੇ ਵਿੱਚ ਹੁਣ ਕੰਮ ਆਉਣ ਡੀਆਂ। ਬਾਕੀ ਜਿੱਥੋਂ ਵੀ ਇਹਦਾ ਨੌਲੇਜ ਮਿਲਦਾ ਹੈ ਜੜੀ ਬੂਟੀ ਦਾ, ਉਹ ਮੈਂ ਅੱਜ ਵੀ ਸਿੱਖਦਾ ਹਾਂ ਅਤੇ ਅੱਗੇ ਉਹਨੂੰ ਵੰਡਦਾ। ਇਸ ਕਰਕੇ ਬੜਾ ਅੱਛਾ ਲੱਗਦਾ ਹੈ ਜਿਸ ਵੇਲੇ ਕੋਈ ਜੜੀ ਬੂਟੀ ਦੇ ਬਾਰੇ 'ਚ ਮੇਰੇ ਕੋਲੋਂ ਪੁੱਛ ਕੇ ਅਤੇ ਆਪਣਾ ਫਾਇਦਾ ਉਠਾਉਂਦਾ ਹੈ। ਬਿਲਕੁਲ, ਮੈਂ ਚਾਹੂੰਗਾ ਆਪਣੇ ਕੋਲ ਨਾ ਕੁਝ ਕੁ ਦਰੱਖਤ ਲੱਗੇ ਹੋਏ ਨੇ, ਜਿਵੇਂ ਮੈਂ ਦੇਖ ਰਿਹਾ ਹਾਂ ਜੀ ਇੱਥੇ ਰੋਇਲ ਪਲਾਮ ਲੱਗਿਆ ਹੋਇਆ ਹੈਗਾ, ਇੱਥੇ ਇਕੱਲੇ ਇਕੱਲੇ ਦਰੱਖਤ ਦਾ ਇਕੱਲਾ ਇਕੱਲਾ ਮੈਂ ਕਹਿੰਦਾ ਜੇ ਬੂਟਾ ਲੱਗਿਆ ਸਪੈਸ਼ਲ ਉਹਦੀ ਨੇਮ ਪਲੇਟ ਬਣਾ ਕੇ ਲਾਈ ਗਈ ਹੈਗੀ ਵੀ ਦਸ ਪਤਾ ਲੱਗ ਸਕੇ ਲੋਕਾਂ ਨੂੰ, ਜਿਹੜੇ ਵੀ ਸ਼ਹਿਰ ਕਰਨਾ ਉਹਦੇ ਨਾਲ ਗਿਆਨ ਮਿਲ ਸਕੇ ਉਹਨਾਂ ਨੂੰ ਵੀ ਇਹ ਕਿਹੜਾ ਬੂਟਾ ਹੈਗਾ ਕੀ ਨਾਮ ਆਗਾ ਇਹਦਾ। ਅਸਲ ਦੇ ਵਿੱਚ ਜੇਕਰ ਦੇਖਿਆ ਰੋਇਲ ਪਲਾਮ ਆਉਣਾ ਜੀ, ਚਲੋ ਆਪਾਂ ਤੁਸੀਂ ਕਿਹਾ ਸੀਗਾ ਇੱਥੇ ਕਾਫੀ ਤਰ੍ਹਾਂ ਦੇ, ਹਰ ਇੱਕ ਬੂਟੇ ਦਾ ਕੋਈ ਰੀਜ਼ਨ ਹੈ, ਇਹ ਕਿਹੜੀ ਬਿਮਾਰੀ ਲਈ ਫਾਇਦੇਮੰਦ ਹੈਗਾ ਜਾਂ ਫਿਰ ਕਿਸ ਚੀਜ਼ ਕਿਸ ਤਰੀਕੇ ਨਾਲ ਇਹਦਾ ਫਾਇਦਾ ਲੈ ਸਕਦੇ ਆਪਾਂ? ਤਾਂ ਇੱਕ ਸਾਰਿਆਂ ਤੋਂ ਵੱਡੀ ਬਿਮਾਰੀ ਸਾਨੂੰ ਸਾਰਿਆਂ ਨੂੰ ਹੈਗੀ ਹੈ ਕਿ ਸਾਨੂੰ ਸਾਹ ਲੈਣ ਲਈ ਆਕਸੀਜਨ ਚਾਹੀਦੀ, ਆਕਸੀਜਨ ਦੇ ਬਿਨਾਂ ਅਸੀਂ ਸਰਵਾਈਵ ਨਹੀਂ ਕਰ ਸਕਦੇ ਹਾਂ। ਅਤੇ ਕੁਛ ਬੂਟੇ ਅਸੀਂ ਕਿਸੇ ਵੀ ਬੂਟੇ ਨੂੰ ਇਹ ਨਹੀਂ ਕਹਿ ਸਕਦੇ ਵੀ ਇਹ ਕਿਸੇ ਕੰਮ ਦਾ ਨਹੀਂ, ਕਿਉਂਕਿ ਆਕਸੀਜਨ ਤਾਂ ਹਰੇਕ ਨੇ ਦੇਣੀ। ਇਸ ਕਰਕੇ ਇਹ ਰੋਇਲ ਪਾਮ ਜਿਹੜਾ ਹੈਗਾ ਇਹ ਡੈਕੋਰੇਟਿਵ ਪਲਾਂਟ ਹੈ, ਅਤੇ ਇਹਦੇ ਨਾਲ ਨਾਲ ਇਹ ਇਨਵਾਇਰਮੈਂਟ ਨੂੰ ਸੁੰਦਰ ਵੀ ਬਣਾਉਂਦਾ ਹੈ ਅਤੇ ਵਧੀਆ ਹਵਾ ਵੀ ਦਿੰਦਾ ਹੈ। ਸਾਡੇ ਇੱਥੇ ਕਾਲਜ ਹੈਗਾ ਹੈ ਆਪਣਾ, ਮੈਂ ਨਾਮ ਭੁੱਲ ਰਿਹਾ, ਉਹਦੇ ਪ੍ਰਿੰਸੀਪਲ ਸਾਹਿਬ ਜਿਹੜੇ ਆ ਨਾ ਖਾਲਸਾ ਕਾਲਜ ਹੈ ਕਿਹੜਾ ਥੱਲੇ ਲਿਖਿਆ ਹੋਣਾ ਮੇਰੇ ਖਿਆਲ, ਦੁਆਬਾ ਕਾਲਜ ਦੇ ਪ੍ਰਿੰਸੀਪਲ ਸਾਹਿਬ ਜਿਹੜੇ ਆ ਮੇਰੀ ਐਗਜੀਕਿਊਟਿਵ ਦੇ ਵਿੱਚ ਹੈਗੇ, ਮੇਰੀ ਸੁਸਾਇਟੀ ਮੇਰੇ ਨਾਲ, ਉਹਨਾਂ ਨੇ ਆਪਣੇ ਡਿਪਾਰਟਮੈਂਟਸ ਦੇ ਹੈੱਡ ਨੂੰ ਭੇਜਿਆ ਪਲਾਂਟਸ ਦੇ ਨੂੰ ਕਿ ਤੁਸੀਂ ਜਾ ਕੇ, ਇਹ ਸੇਵਾ ਉਹਨਾਂ ਵੱਲੋਂ ਆਈ ਸੀ ਅਤੇ ਉਹਨਾਂ ਨੇ ਆ ਕੇ ਪੌਦਿਆਂ ਦੇ ਨਾਂ ਅਤੇ ਉਹਨਾਂ ਦੇ ਉੱਤੇ ਪਲੇਟਾਂ ਲਗਾਈਆਂ। ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦੀ ਹਾਂ, ਉਹਨਾਂ ਨੇ ਇੱਕ ਅੱਛੀ
ਪਹਿਲ ਕੀਤੀ ਹੈ ਕਿ ਸਾਰਿਆਂ ਨੂੰ ਵਾਕਫ ਜਿਹਨੇ ਤਾਂ ਮੈਨੂੰ ਜ਼ਬਾਨੀ ਦੱਸਣਾ ਪੈਂਦਾ ਸੀ ਸਾਰਿਆਂ ਨੂੰ ਨਾ ਕੀ ਹੈਗਾ ਤੇ ਉਹਨਾਂ ਨੇ ਇਹ ਕੀਤਾ। ਇੱਕ ਰੋਸ਼ਨ ਜੀ ਮੈਂ ਦੇਖ ਰਿਹਾ ਹੈਗਾ ਇੱਥੇ ਨਾ ਕਾਫੀ ਵੱਡਾ ਇੱਕ ਦਰਖਤ ਲੱਗਿਆ ਹੋਇਆ ਹੈਗਾ, ਵੈਸੇ ਕਾਫੀ ਵੱਡਾ ਲੱਗ ਰਿਹਾ ਹੈਗਾ, ਪਰ ਜੇਕਰ ਜ਼ਿਕਰ ਕਰੀਏ ਇਹਦਾ ਮੈਂ ਕਹਿਣਾ, ਮੈਂ ਜੇ ਮੈਂ ਆਪਣੇ ਪਰਸਨਲ ਤੌਰ 'ਤੇ ਗੱਲ ਕਰਾਂ, ਮੈਂ ਬਹੁਤ ਵਾਰੀ ਇਹਦਾ ਨਾਂ ਸੁਣਿਆ ਹੈਗਾ। ਮੈਂ ਕਹਿਣਾ ਹਰ ਇੱਕ ਥਾਂ 'ਤੇ ਜਿੱਥੇ ਕੋਈ ਚੰਗੇ ਸੂਝਵਾਨ ਅਤੇ ਸਿਆਣੇ ਲੋਕਾਂ ਦੀ ਗੱਲ ਚੱਲਦੀ ਸੀਗੀ ਉੱਥੇ ਮੇਰੇ ਖਿਆਲ ਨਾਲ ਨਾਮ ਆਉਂਦਾ ਸੀ, ਕਹਿੰਦੇ ਯਾਰ ਸੁਹਾਜਨ ਦਾ ਬੂਟਾ ਘਰ ਵਿੱਚ ਇੱਕ ਨਾ ਇੱਕ ਜ਼ਰੂਰ ਹੋਣਾ ਚਾਹੀਦਾ ਹੈਗਾ। ਤੁਸੀਂ ਵੀ ਦੱਸ ਰਹੇ ਸੀਗੇ ਕਿ ਸਭ ਤੋਂ ਮੇਰੇ ਖਿਆਲ ਨਾਲ ਖਾਸ ਇੰਪੋਰਟੈਂਸ ਜਿਹੜੀ ਹੈਗੀ ਕਿ ਪਾਰਕ ਦੇ ਵਿੱਚ ਇਸੇ ਦਰਖਤ ਦੀ ਹੈਗੀ, ਕੀ ਖਾਸੀਅਤ ਹੈ ਸਾਡੇ ਦਰਸ਼ਕ ਜਾਣਨਾ ਚਾਹੁੰਦੇ ਹੋਣਗੇ, ਤੁਸੀਂ ਆਪਦੇ ਜਵਾਨੀ ਜ਼ਰੂਰ ਦੱਸਿਓ ਵੀ ਇਸ ਜਿਹੜਾ ਸੁਹਾਜਨ ਦਾ ਦਰਖਤ ਹੈਗਾ ਕੀ ਫਾਇਦੇ ਨੇ, ਕਿੰਨੀਆਂ ਬਿਮਾਰੀਆਂ ਨੂੰ ਕਵਰ ਕਰਦਾ ਇਹ ਸੁਹਾਜਨ ਦਾ ਪਲਾਂਟ ਜੀ? ਇਹਦੇ ਪਹਿਲਾਂ ਤਾਂ ਨਾਂ ਕਿੰਨੇ ਹੈਗੇ ਮੈਂ ਤੁਹਾਨੂੰ ਗਿਣਾਵਾਂ। ਸਹਿਜਨ ਉਹ ਜਨ ਜੇ ਉਹ ਪੌਦਾ ਜਿਹੜਾ ਸਾਰੇ ਹੀ ਜਨ ਦਾ ਸਹਾਇਕ ਹੈਗਾ, ਸਹਿਜਨ। ਫਿਰ ਕੋਈ ਸਾਜਨ ਕਹਿ ਦਿੰਦਾ, ਕੋਈ ਸੁਹਾਜਣਾ ਕਹਿ ਦਿੰਦਾ, ਫਿਰ ਅੰਗਰੇਜ਼ੀ ਵਾਲੇ ਆ ਗਏ ਉਹ ਕਹਿੰਦੇ ਜੀ ਆਹ ਵਾਂਡਰ ਟ੍ਰੀ ਹੈ ਜੀ, ਇਹ ਮਿਰੇਕਲ ਹੈ, ਮੋਰਿੰਗਾ ਹੈ। ਇਸ ਤਰ੍ਹਾਂ ਨਾਲ ਨਾਨਾ ਪ੍ਰਕਾਰ ਦੇ ਨਾਂ ਸਾਰੀ ਦੁਨੀਆ ਦੇ ਵਿੱਚ ਇਹਦੇ ਲਏ ਜਾਂਦੇ ਆ। ਇਹਦੇ ਵਿੱਚ 100 ਤੋਂ ਵੱਧ ਬਿਮਾਰੀਆਂ ਦਾ ਇਲਾਜ ਹੈ। ਇਹਦੀ ਜੜ੍ਹਾਂ ਤੋਂ ਸ਼ੁਰੂ ਹੋ ਜਾਓ, ਇਹਦੀ ਜੜ੍ਹ ਦਾ ਅਚਾਰ ਪੈਂਦਾ। ਅੱਛਾ ਜੀ। ਇਹਦੇ ਵਿੱਚ ਗੂੰਦ ਅਗਰ ਵਿੱਚ ਆਈ ਤੁਹਾਨੂੰ ਮਿਲ ਜਾਏ, ਉਹਨੂੰ ਕਾਲੀ ਗੂੰਦ ਦੇ ਨਾਂ ਨਾਲ ਜਾਣੀ ਜਾਂਦੀ ਹੈ। ਉਹਦੇ ਵਿੱਚ ਬਹੁਤ ਬਿਮਾਰੀਆਂ ਦਾ ਇਲਾਜ ਉਹਦੇ ਨਾਲ ਕੀਤਾ ਜਾਂਦਾ ਹੈ। ਇਹਦੀ ਕੋਸਟ ਅਪਰੋਕਸੀਮੇਟ 1500 ਰੁਪਈਆ ਕਿਲੋ ਹੈ। ਅੱਛਾ ਜੀ, ਇੰਨੀ ਮਹਿੰਗੀ? ਇੰਨੀ ਮਹਿੰਗੀ ਹੈ। ਇਹਦੇ ਪੱਤਿਆਂ ਦਾ ਪਾਊਡਰ ਬਣਾ ਕੇ ਕੈਪਸੂਲਾਂ 'ਚ ਭਰ ਕੇ ਮਾਰਕੀਟਿੰਗ ਹੋ ਰਹੀ ਹੈ ਇਸ ਵੇਲੇ। 2 ਗ੍ਰਾਮ ਦਾ ਕੈਪਸੂਲ ਇਹਦੇ ਪੱਤਿਆਂ ਦੇ ਪਾਊਡਰ ਦਾ 6 ਰੁਪਏ ਦਾ ਹੈ। ਮਤਲਬ ਜੇਕਰ ਆਪਾਂ ਗੱਲ ਕਰ ਲਈਏ ਇਹਦੇ ਪੱਤਿਆਂ ਦੀ, ਕਿਉਂਕਿ ਹੁਣ ਤਾਂ ਇਹਦੇ ਪੱਤੇ ਵਾਹਵਾ ਹੀ ਲੱਗੇ ਹੋਏ ਨੇਗੇ, ਹੈ ਨਾ, ਜੇਕਰ ਆਪਾਂ 2 ਗ੍ਰਾਮ ਪੱਤੇ ਜੋਖ ਲਈਏ ਇਸ ਦਰਖਤ ਦੇ, ਤਾਂ ਫਿਰ ਹੁਣ ਖਾਸੇ ਪੱਤੇ ਹੋਣਗੇ, ਤਾਂ ਫਿਰ ਕੋਸਟਲੀ ਵੇਸਾ ਉਹਨਾਂ ਦਾ, ਮੈਂ ਕਹਿੰਦਾ ਮੁੱਲ ਹੀ ਇਹਦਾ ਬਹੁਤ ਹੋ ਗਿਆ ਜੀ ਇਹਦਾ ਤਾਂ। ਇਹਦਾ ਇੰਨਾ ਕੁ ਮੁੱਲ ਹੈਗਾ ਕਿ ਆਪਾਂ ਕੁਦਰਤ ਨੂੰ ਦੇ ਨਹੀਂ ਸਕਦੇ ਇਹਦੀ ਕੋਸਟ ਜਿਹੜੀ ਹੈ। ਇਹਦੇ ਪੱਤੇ, ਫੁੱਲ, ਫਲ, ਐਵਰੀਥਿੰਗ, ਬੀਜ ਸਾਰੇ ਹੀ ਇਸਤੇਮਾਲ ਹੁੰਦੇ ਹੈ, ਔਰ ਇਹ ਉਹਨਾਂ ਚੀਜ਼ਾਂ ਦੀ ਘਾਟ ਨੂੰ ਪੂਰਾ ਕਰਦੇ ਆ ਜਿਹੜੀਆਂ ਬਾਕੀ ਚੀਜ਼ਾਂ ਵਿੱਚੋਂ ਸਾਨੂੰ ਨਹੀਂ ਮਿਲਦੀਆਂ। ਸਰੀਰ ਦੇ ਤੱਤ ਜਿਹੜੇ ਆ, ਅਮੀਨੋ ਐਸਿਡਸ ਜੋ ਬੋਡੀ ਲਈ ਚਾਹੀਦੇ ਆ, ਉਹ ਸਾਰੇ ਇਹਦੇ ਵਿੱਚ ਪ੍ਰਾਪਤ ਹੁੰਦੇ ਆ ਸਾਨੂੰ। ਇਹ ਬਹੁਤ ਹੀ, ਇਹਨੂੰ WHO ਨੇ ਸੁਪਰ ਫੂਡ ਆਫ ਦਾ ਵਰਲਡ ਇਹਨੂੰ ਖਿਤਾਬ ਦਿੱਤਾ ਹੈ। ਅਤੇ ਕੁਛ ਕੰਟਰੀਜ਼ ਨੇ ਅਕਾਲ ਪੈਣ ਦੇ ਟਾਈਮ ਦੇ ਉੱਤੇ ਇਹਦੀ ਜ਼ਿਆਦਾ ਤੋਂ ਜ਼ਿਆਦਾ ਪਲਾਂਟੇਸ਼ਨ ਆਪਣੇ ਦੇਸ਼ਾਂ ਵਿੱਚ ਕਰਵਾਈ ਹੈ। ਮੁੜ ਕੇ ਅਗਰ ਅਕਾਲ ਪਵੇ ਤਾਂ ਉੱਥੇ ਦੀ ਜਨਤਾ ਭੁੱਖੀ ਨਾ ਮਰੇ, ਉਹਨੂੰ ਤੱਤ ਸਰੀਰਕ ਸਹੀ ਰੱਖਣ ਲਈ ਮਿਲਦੇ ਰਹਿਣ। ਪਰ ਰੋਸ਼ਨ ਜੀ, ਜੇਕਰ ਗੱਲ ਕਰ ਲਈ ਆਪਾਂ, ਜਿਵੇਂ ਆਪਾਂ, ਮੈਂ ਕਹਿੰਦਾ ਚੱਲਦੇ ਚੱਲਦੇ ਗੱਲ ਕਰਦੇ, ਪਾਰਕ ਹੋਰ ਵੀ ਹੈ, ਜਿਵੇਂ ਆਪਾਂ ਗੱਲ ਕਰੀਏ ਅੱਜ ਕੱਲ੍ਹ ਨਾ, ਜਿਵੇਂ ਪੰਜਾਬ ਦੇ ਵਿੱਚ ਇੱਕ ਗੱਲ ਬੜੀ ਹੁੰਦੀ ਹੈ, ਕਹਿੰਦੇ ਯਾਰ ਬਿਮਾਰੀਆਂ ਬਹੁਤ ਵੱਧ ਗਈਆਂ ਪੰਜਾਬ ਦੇ ਵਿੱਚ, ਹੈ ਨਾ। ਹਰ ਇੱਕ ਸ਼ਖਸ, ਮੈਂ ਕਹਿੰਦਾ ਜਿਵੇਂ ਸਿਆਣੇ ਬਜ਼ੁਰਗ ਜਿਹੜੇ ਹੁੰਦੇ ਸੀਗੇ, ਬਜ਼ੁਰਗਾਂ ਨੇ ਤਾਂ ਚਲੋ ਬਿਮਾਰ ਹੋਣੇ, ਅੱਜ ਕੱਲ੍ਹ ਤਾਂ ਨੌਜਵਾਨ ਯੂਥ ਵੀ ਗੋਡਿਆਂ ਦੇ ਦੁਖਣ ਲੱਗ ਗਏ, ਨੌਜਵਾਨ ਯੂਥ ਦੇ ਵੀ। ਤੁਹਾਨੂੰ ਕੀ ਲੱਗਦਾ ਹੈ ਜੇ ਹਰ ਇੱਕ ਪੰਜਾਬ ਦੇ ਹਰ ਇੱਕ ਘਰ ਦੇ ਵਿੱਚ ਇੱਕ ਸੁਹਾਜਨ ਦਾ ਬੂਟਾ ਲਾਇਆ ਜਾਵੇ, ਬਿਮਾਰੀਆਂ ਦਾ ਕਿੰਨੇ ਕੁ ਪਰਸੈਂਟ ਖਾਤਮਾ ਹੋ ਸਕਦਾ? ਇੱਦਾਂ ਹੈ ਕਿ ਜੇ ਅਸੀਂ ਕੁਦਰਤ ਦੇ ਵਿੱਚ ਕੁਦਰਤ ਨਾਲ ਮਿਲ ਕੇ ਰਹਾਂਗੇ, ਸਵੇਰੇ ਉੱਠਦੇ ਹੀ ਕੁਦਰਤ ਦੀ ਗੋਦ ਵਿੱਚ ਆ ਜਾਈਏ ਘਰੋਂ ਨਿਕਲ ਕੇ, ਅਤੇ ਸਾਨੂੰ ਪਹਿਲਾਂ ਤਾਂ ਸ਼ੁੱਧ ਹਵਾ ਮਿਲੇਗੀ, ਪੋਲਿਊਸ਼ਨ ਘੱਟ ਹੋਏਗਾ, ਉਹ ਤੋਂ ਬਾਅਦ ਇਹਨਾਂ 'ਚੋਂ ਨਿਕਲਣ ਵਾਲੀ ਫਰੈਗਰੈਂਸ ਜਿਹੜੀ ਹੈ ਉਹ ਮਿਲੂਗੀ, ਇਹਨਾਂ 'ਤੇ ਬੈਠੇ ਚਿੜੀਆਂ ਚਹਿਚਹਾਣਗੀਆਂ, ਸਾਨੂੰ ਖੁਸ਼ੀ ਮਿਲੂਗੀ, ਜ਼ਿੰਦਗੀ ਦੀਆਂ ਸਾਰੀਆਂ ਹੀ ਲੋੜਾਂ ਜਿਹੜੀਆਂ ਹੈ ਸਾਡੇ ਨੇਚਰ ਦੇ ਗੋਦ ਵਿੱਚ ਬਹਿ ਕੇ ਪੂਰੀਆਂ ਹੋ ਜਾਂਦੀਆਂ। ਜਿੱਦਾਂ ਮਾਂ ਦੀ ਗੋਦ 'ਚ ਬਹਿ ਕੇ ਬੱਚਾ ਬੜਾ ਖੁਸ਼ ਹੁੰਦਾ, ਉਸੇ ਤਰ੍ਹਾਂ ਨਾਲ ਇਹਦੀ ਵਿੱਚ ਆ ਕੇ ਅਸੀਂ ਬਹੁਤ ਖੁਸ਼ ਹਾਂ ਨਾ। ਰੋਸ਼ਨ ਜੀ, ਇੱਕ ਆ ਮੇਰੇ ਕੋਲ ਇੱਕ ਪੌਦਾ ਲੱਗਿਆ ਹੋਇਆ ਹੈਗਾ, ਇਹ ਨਾ ਫਰੈਗਰੈਂਸ ਬੜੀ ਆ ਰਹੀ ਹੈ, ਜੇਕਰ ਮੈਂ ਦੇਖਾਂ ਨਾ ਫਰੈਗਰੈਂਸ ਇਹਦੀ ਬਹੁਤ ਆ ਰਹੀ ਹੈ, ਇਹ ਕੀ ਚੀਜ਼ ਦਾ ਬੂਟਾ ਹੈਗਾ ਇਹ? ਇਸ ਬੂਟੇ ਨੂੰ ਅਸੀਂ ਪੰਜਾਬ ਦਾ ਬਾਦਸ਼ਾਹ, ਅੱਛਾ ਜੀ, ਕਹਿੰਦੇ ਹਾਂ ਪੰਜਾਬ ਦਾ ਬਾਦਸ਼ਾਹ, ਪੰਜਾਬ ਦਾ ਬਾਦਸ਼ਾਹ ਹੈਗਾ ਪਲਾਂਟਸ ਦੇ ਵਿੱਚ। ਇਹ ਕਿਉਂ ਬਾਦਸ਼ਾਹ ਹੈ? ਇਹਦੇ ਵਿੱਚ ਬੜ ਔਰ ਪਿੱਪਲ ਦਾ ਮੇਲ ਨਾਲ ਇਹ ਬੂਟਾ ਤਿਆਰ ਹੋਇਆ, ਨਾ ਇਹਦਾ ਪਿਲਕਣ ਹੈ, ਪਿਲਕਣ ਜੀ। ਇਸ ਵੱਡਾ ਹੋ ਕੇ ਸਾਰਿਆਂ ਤੋਂ ਕਾਫੀ ਵੱਡਾ ਹੋ ਜਾਂਦਾ ਹੈ, ਔਰ ਇੱਕ ਐਸੀ ਸਟੇਜ 'ਤੇ ਪਹੁੰਚ ਜਾਂਦਾ ਹੈ ਕਿ ਤੁਸੀਂ ਵਰਖਾ ਲੱਗਣ 'ਤੇ 1 ਘੰਟਾ ਭਰ ਵੀ ਇਹਦੇ ਥੱਲੇ ਬੈਠੋਗੇ ਅਤੇ ਤੁਹਾਡੇ ਉੱਤੇ ਪਾਣੀ ਦੀ ਬੂੰਦ ਨਹੀਂ ਪਏਗੀ, ਪਾਣੀ ਬਾਹਰ ਪਏਗਾ ਜਾ ਕੇ। ਇਹਦੇ ਦੇਖੋ ਇਹਦੇ ਪੱਤਿਆਂ ਦਾ ਸਟਾਈਲ ਜਿਹੜਾ ਹੈ, ਇੱਥੇ ਪਾਣੀ ਪਿਆ ਅਤੇ ਇਹਨੇ ਅਗਲੇ ਪੱਤੇ 'ਤੇ ਪੈਣਾ, ਅਗਲੇ 'ਤੇ ਪੈਣਾ, ਅਤੇ ਉਹ ਬਾਹਰ ਚਲੇ ਜਾਣਾ। ਛਤਰੀ ਕਹਿ ਸਕਦੇ ਆਪਾਂ, ਇੱਕ ਨੈਚੁਰਲ ਛਤਰੀ ਕਹਿ ਸਕਦੇ। ਇਹ ਪੰਜਾਬ ਦੇ ਵਿੱਚ ਬਹੁਤ ਪਾਇਆ ਜਾਂਦਾ ਹੈ, ਇਹਨੂੰ ਪਾਕੜ ਵੀ ਕਹਿੰਦੇ ਆ, ਪਿਲਕਨ ਵੀ ਕਹਿੰਦੇ ਆ, ਛੋਟੇ ਛੋਟੇ ਪਿੱਪਲ ਦੀ ਤਰ੍ਹਾਂ ਫਲ ਲੱਗਦੇ ਆ, ਔਰ ਇੱਕ ਪੰਛੀ ਹੈਗਾ ਤਿਲੀਅਰ, ਉਹ ਵਿਸ਼ੇਸ਼ ਕਰਕੇ ਇਹਦੇ ਉੱਤੇ ਬੈਠਾ ਰਹਿੰਦਾ ਹੈ, ਬਹੁਤ ਜ਼ਿਆਦਾ ਇਹਨੂੰ ਇਸਤੇਮਾਲ ਕਰਦਾ। ਇੱਥੇ ਵੈਸੇ ਦੋਸਤੋ ਹੋਰ ਬਹੁਤ ਬੂਟੇ ਨੇ ਨਾ, ਰੋਸ਼ਨ ਜੀ ਮੈਨੂੰ ਤਾਂ ਨਹੀਂ ਪਤਾ, ਤੁਹਾਨੂੰ ਤੁਸੀਂ ਮੈਨੂੰ ਜ਼ਰੂਰ ਦੱਸੋ ਕਿ ਹੋਰ ਕਿਹੜਾ ਸਪੈਸ਼ਲ ਬੂਟਾ, ਜਿਵੇਂ ਆਪਾਂ ਇਹਦਾ ਜ਼ਿਕਰ ਕਰ ਲਈਏ, ਹੈ ਨਾ, ਜਿਵੇਂ ਇਹ ਚੀਜ਼ ਲੱਗੇ ਹੋਏ ਆ ਵੀ ਬੜਾ। ਸੱਜੇ ਪਾਸੇ ਜਿਹੜਾ ਪਲਾਂਟ ਹੈ ਬੜਾ ਰੇਅਰ ਪਲਾਂਟ ਹੈ, ਇਹਦਾ ਨਾਂ ਹੈ ਧਾਤਕੀ। ਧਾਤਕੀ
ਇਹ ਮੈਂ ਹਿਮਾਚਲ ਪ੍ਰਦੇਸ਼ ਤੋਂ ਲਿਆਇਆ ਹਾਂ, ਇੱਕੋ ਹੀ ਪਲਾਂਟ ਹੈ, ਮੈਨੂੰ ਪੰਜਾਬ ਦੇ ਵਿੱਚ ਇਹਦੇ ਨਾਲ ਦੇ ਪੌਦੇ ਨਹੀਂ ਲੱਭੇ। ਓਕੇ, ਆਹ ਦੇਖੋ ਇਹਦੇ ਪੱਤੇ ਲਾਲ ਹੁੰਦੇ ਪਏ ਆ, ਆਹ ਹੁਣ ਨਵਾਂ ਮੌਲ ਆ ਰਿਹਾ। ਅਤੇ ਇਹ ਵੀ ਬਹੁਤ ਸਾਰੀਆਂ ਬਿਮਾਰੀਆਂ ਦੇ ਵਿੱਚ ਜਿਹੜਾ ਹੈ ਹਿਰਦੇ ਰੋਗਾਂ ਦੇ ਵਿੱਚ ਇਹਨੂੰ ਵਰਤਿਆ ਜਾਂਦਾ। ਛੋਟੇ ਛੋਟੇ ਫੁੱਲ ਲੱਗਦੇ ਆ ਔਰ ਉਹਨਾਂ ਦੇ ਵਿੱਚ ਬੱਚੇ ਚੂਸਦੇ ਆ, ਸ਼ਹਿਦ ਦੀ ਤਰ੍ਹਾਂ ਉਹਨਾਂ ਨੂੰ ਜਿਹੜਾ ਨਾ ਚੂਸਦੇ ਆ। ਇੰਨੇ ਮਿੱਠੇ ਹੁੰਦੇ ਨੇ, ਮਿੱਠੇ ਹੁੰਦੇ ਆ ਕਿ ਛੋਟੀ ਚੋਂਚ ਵਾਲੀ ਚਿੜੀਆ ਆਉਂਦੀ ਹੈ ਉਹ ਇਹਨੂੰ ਆ ਕੇ ਨਾ ਬੜੀ ਖੁਸ਼ੀ ਲੱਗਦੀ ਜਿਸ ਵੇਲੇ ਇਹਨੂੰ ਫੁੱਲ ਆਇਆ ਅਤੇ ਪਕਸ਼ੀ ਦੇ ਆਲੇ ਦੁਆਲੇ ਆਉਂਦੇ ਆ। ਇਹ ਉਸ ਚੀਜ਼ ਦਾ ਪਲਾਂਟ ਹੈ ਜੀ, ਜੀ। ਫਿਰ ਇੱਥੇ ਜਿਵੇਂ ਰੋਸ਼ਨ ਜੀ ਮੈਂ ਦੇਖ ਰਿਹਾ ਹੈਗਾ ਨਾ, ਇੱਥੇ ਸਾਰੇ ਬੂਟੇ ਅਲੱਗ ਅਲੱਗ ਨੇ ਮੇਰੇ ਖਿਆਲ ਨਾਲ। ਜਿੱਥੇ ਤੱਕ ਮੈਨੂੰ ਲੱਗਦਾ ਗਾ ਜਿਹੜਾ ਬੂਟਾ ਇੱਕ ਵਾਰੀ ਲਾਤਾ ਉਹ ਮੇਰੇ ਖਿਆਲ ਰਿਪੀਟ ਨਹੀਂ ਕੀਤਾ ਗਿਆ। ਫਿਰ ਇੰਨੀਆਂ ਵਰਾਇਟੀਆਂ ਇਹ ਫਿਰ ਜਦੋਂ ਲੈ ਕੇ ਆਏ ਹੋਣਗੇ ਲਿਆਉਣ ਵੇਲੇ ਵੀ ਮੁਸ਼ਕਿਲ ਆਈ ਹੋਣੀ ਕਿਉਂਕਿ ਮਿਲੀਆਂ ਨਹੀਂ ਹੋਣੀਆਂ, ਇਹ ਫਿਰ ਕਿੰਨਾ ਕੁ ਇਕੱਠੀਆਂ ਕਰਨ 'ਚ ਜਾਂ ਫਿਰ ਲਿਆਉਣ 'ਚ ਕਿੰਨਾ ਕੁ ਮਿਹਨਤ ਲੱਗੀ ਇਹਦੇ ਵਿੱਚ? ਇੱਦਾਂ ਹੈ ਇਹਨੂੰ ਇਕੱਠੇ ਕਰਨ ਵਿੱਚ ਮਿਹਨਤ ਤਾਂ ਲੱਗੀ ਆ, ਕੋਈ ਸ਼ੱਕ ਨਹੀਂ ਹੈ, ਕਿਉਂਕਿ ਅੱਜ ਹਰ ਜੜੀ ਬੂਟੀ ਲੈਣੀ ਜਿਹੜੀ ਆ ਕਾਫੀ ਔਖੀ ਹੁੰਦੀ ਹੈ। ਪਰ ਸਾਡਾ ਇੱਕ ਨਿਯਮ ਹੈਗਾ ਕਿ ਮੇਰੀ ਸੁਸਾਇਟੀ ਦੇ ਸਾਰੇ ਹੀ ਸਦੱਸਿਆ ਜਿਹੜੇ ਹੈ ਇੰਟਰਸਟਡ ਹੈਗੇ ਆ, ਜਿਹਨੂੰ ਜਿੱਥੋਂ ਵੀ ਨਵੀਂ ਚੀਜ਼ ਮਿਲਦੀ ਹੈ ਉਹ ਲੈ ਕੇ ਆਉਂਦਾ। ਅਤੇ ਮੇਰੇ ਵਿੱਚ ਤਾਂ ਹੋਰ ਵੀ ਕਈ ਗੁਣ ਹੈਗੇ ਆ ਕਿ ਪਹਿਲਾਂ ਜਾ ਕੇ ਜਿਹੜਾ ਹੈ ਨਾ ਸ਼ੇਅਰ ਕਰ ਲੈਣੀ, ਜੇ ਸ਼ੇਅਰ ਕਰਕੇ ਨਹੀਂ ਮਿਲੀ ਮੰਗਣ 'ਤੇ ਚੀਜ਼ ਨਹੀਂ ਮਿਲੀ ਹੈ ਤਾਂ ਫਿਰ ਮੁੱਲ ਦੇਣਾ, ਜੇ ਫਿਰ ਵੀ ਨਹੀਂ ਮਿਲੀ ਹੈ ਤਾਂ ਪੱਟ ਕੇ ਲਿਆਉਣੀ। ਮਗਰ ਕਿਆ ਬਾਤ ਹੈ, ਜਿਹੜਾ ਕੰਮ ਕਰਨਾ ਉਹ ਜ਼ਰੂਰ ਕਰਨਾ। ਇੱਕ ਬੂਟੇ ਬਾਰੇ ਦੱਸ ਰਹੇ ਸੀ ਜੀ, ਇੱਧਰ ਕੋਲ ਨਾ ਇੱਥੇ ਇੱਕ ਚਨਾਰ ਦਾ ਬੂਟਾ ਹੈ, ਚਨਾਰ ਕੱਚੀ ਕਲੀ ਚਨਾਰ ਦੀ ਜਿਹਨੂੰ ਆਪਾਂ ਕਹਿੰਦੇ ਹਾਂ ਜੀ, ਜੀ, ਜੀ। ਇਹਨੂੰ ਫੁੱਲ ਆਉਂਦੇ ਹੈ ਅਤੇ ਇਹ 7 ਕਿਸਮ ਦੀ ਹੁੰਦੀ ਹੈ ਇੱਕ ਚਨਾਰ। ਇਹ ਬੋਡੀ ਲਈ ਬਹੁਤ ਬਹੁਤ ਹੀ ਅੱਛੀ। ਕਿਹੜੀਆਂ ਕਿਹੜੀਆਂ ਬਿਮਾਰੀਆਂ ਜੇ ਮੇਨ ਗੱਲ ਕਰ ਲਈਏ? ਇਹਦੇ ਵਿੱਚੋਂ ਇੱਕ ਚਨਾਰ ਗੂਗਲ ਨਾਂ ਦੀ ਦਵਾਈ ਜਿਹੜੀ ਗੋਡਿਆਂ ਦੀ ਜੁਆਇੰਟਸ ਪੇਨ ਲਈ ਉਹ ਤਿਆਰ ਹੁੰਦੀ ਹੈ। ਮਤਲਬ ਜਿਵੇਂ ਅੱਜ ਕੱਲ੍ਹ ਜਿਵੇਂ ਸਿਆਣੇ ਬਜ਼ੁਰਗ ਕਹਿੰਦੇ ਹੈਗੇ ਵੀ ਗੋਡੇ ਦਰਦ ਜੋੜਾਂ ਦੇ ਦਰਦ, ਮਤਲਬ ਉਹਦੇ ਲਈ ਲਾਹੇਵੰਦ ਦੇ ਲਈ ਲਾਹੇਵੰਦ ਹੈ। ਅਤੇ ਇਹਦੇ ਫੁੱਲ ਅਤੇ ਕਲੀਆਂ ਦੀ ਸਬਜ਼ੀ ਵੀ ਬਣਾਈ ਜਾਂਦੀ ਹੈ। ਸਾਡੇ ਕੋਲ ਇਹ ਲਾਗੇ ਇੱਕ ਬਹੁਤ ਵੱਡਾ ਪੇੜ ਇਸ ਵੇਲੇ ਪਤਝੜ ਦੇ ਸ਼ਿਕਾਰ ਹੈ ਜੀ, ਇਹਨੂੰ ਨਵੇਂ ਪੱਤੇ ਆਉਣ ਵਾਲੇ ਹੈ ਜੀ। ਇਹ ਪੇੜ ਹੈਗਾ ਬਹੇੜਾ, ਬਹੇੜਾ ਬਹੇੜਾ ਬਹੇੜਾ, ਤੁਸੀਂ ਤ੍ਰਿਫਲੇ ਦਾ ਨਾਮ ਸੁਣਿਆ? ਬਿਲਕੁਲ ਬਿਲਕੁਲ ਜੀ ਬਿਲਕੁਲ। ਤਿੰਨ ਫਲਾਂ ਨੂੰ ਪਹਿਲਾਂ ਹਾਰਡ ਬਹੇੜਾ ਮੇਰੇ ਖਿਆਲ ਨਾਲ, ਹਾਰਡ ਬਹੇੜਾ ਆਂਵਲਾ ਜੀ, ਅਤੇ ਬਹੇੜਾ ਇੱਥੇ ਹੈਗਾ ਆਹ ਬਹੇੜਾ ਹੈ, ਹਰੜ ਅਤੇ ਆਂਵਲਾ ਆਪਾਂ ਦੂਸਰੀ ਸਾਈਡ 'ਤੇ ਹੈਗੇ ਆ ਸਾਡੀ ਪਿੱਛੇ ਪਾਰਕ ਦੀ ਉਹਦੇ ਵਿੱਚ ਹੈਗੇ ਆ। ਇਹ ਇੰਨੇ ਕੁ ਬੂਟੇ ਮੈਂ ਆਪਣੀ ਕਲੋਨੀ ਦੇ ਵਿੱਚ ਜਾਂ ਆਪਣੇ ਪਾਰਕਾਂ ਵਿੱਚ ਲਗਾਏ ਹੈ ਕਿ ਜਿਹੜਾ ਕਿ 40 ਰੁਪਏ ਦਾ 200 ਗ੍ਰਾਮ ਤਿੰਨਾਂ ਚੀਜ਼ਾਂ ਦਾ ਪਾਊਡਰ ਸਾਨੂੰ ਬਾਜ਼ਾਰ ਤੋਂ ਮਿਲਦਾ ਹੈ, ਉਹ ਇੱਥੇ 40-40 ਬੋਰੀਆਂ ਮਤਲਬ ਸੂਰਿਆ ਇਨਕਲੇਵ ਵਾਲੇ ਫਰੀ 'ਚ ਭਰ ਲੈਣ, ਇਹ ਮੁੱਕਣਗੇ ਨਹੀਂ, ਮੁੱਕਣਗੇ ਨਹੀਂ। ਬਹੁਤ ਹੀ ਉੱਤਮ ਪੇਟ ਦੇ ਰੋਗਾਂ ਲਈ ਬਹੁਤ ਹੀ ਅੱਛਾ ਜਿਹੜਾ ਹੈ, ਬਹੁਤ ਹੀ ਵਧੀਆ ਪਲਾਂਟ ਹੈ, ਕਾਫੀ ਵੱਡਾ ਹੋ ਗਿਆ ਇਹ ਪਲਾਂਟ ਜਿਹੜਾ, ਲਗਭਗ 12 ਸਾਲ ਦਾ ਹੋ ਗਿਆ ਮੇਰੇ ਖਿਆਲ ਨਾਲ। ਮੈਨੂੰ ਲੱਗਦਾ ਹੁਣ ਤੁਹਾਨੂੰ ਨਾ ਮੈਂ ਰੋਸ਼ਨ ਜੀ ਕਹਿੰਦਾ ਚੰਗਾ ਲੱਗਦਾ, ਮੇਰੇ ਖਿਆਲ ਨਾਲ ਵੈਦ ਕਹਿਣਾ ਜ਼ਰੂਰੀ ਲੱਗੂਗਾ ਨਾ, ਕਿਉਂਕਿ ਇੰਨੀਆਂ ਬਿਮਾਰੀਆਂ ਬਾਰੇ ਤੁਸੀਂ ਗਿਆਨ ਦੇ ਰਹੇ ਹੋਗੇ। ਮੈਂ ਕਹਿੰਦਾ ਹਰ ਇੱਕ ਬਿਮਾਰੀ ਦਾ, ਮੈਂ ਕਹੂੰਗਾ ਜੇ ਕੋਈ ਤੋੜ ਨਾ, ਜਿਵੇਂ ਕਹਿ ਦਿੰਦੇ ਅਕਸਰ ਡਾਕਟਰਾਂ ਕੋਲ ਜਾਂਦੇ ਹੈਗੇ, ਕਹਿੰਦੇ ਹੁੰਦੇ ਜੀ ਆਹ ਡਾਕਟਰ ਤਾਂ ਜੀ ਇਕੱਲੇ ਦੰਦਾਂ ਦਾ ਸਪੈਸ਼ਲਿਸਟ ਆ ਜਾਂ ਫਿਰ ਆਹ ਡਾਕਟਰ ਤਾਂ ਇਕੱਲੇ ਕੰਨਾਂ ਦਾ ਸਪੈਸ਼ਲਿਸਟ, ਉਹਨੂੰ ਦੂਜੀ ਬਿਮਾਰੀ ਨਹੀਂ ਪਤਾ ਹੁੰਦੀ। ਮੈਨੂੰ ਲੱਗਦਾ ਰੋਸ਼ਨ ਜੀ ਤੁਸੀਂ ਤਾਂ ਆਲ ਓਵਰ ਡਾਕਟਰ ਹੋ ਗਏ ਤੁਸੀਂ ਤਾਂ ਨਾ, ਕਿਉਂਕਿ ਮੈਂ ਕਹਿੰਦਾ ਹਰ ਇੱਕ ਬਿਮਾਰੀ ਕੋਈ ਬਿਮਾਰੀ ਛੱਡੀ ਨਹੀਂ ਜਿਹੜੀ ਦਾ ਇਲਾਜ ਨਾ ਪਤਾ ਹੋਵੇ ਜੀ। ਤਾਂ ਇੱਦਾਂ ਕਿ ਦਵਾਈਆਂ ਤਾਂ ਸਾਰਿਆਂ ਨੂੰ ਪਤਾ ਹੈਗਾ ਕਿ ਇਹ ਜ਼ਮੀਨ ਦੇ ਵਿੱਚ ਉੱਗਣ ਵਾਲੀ ਜੜੀ ਬੂਟੀਆਂ ਤੋਂ ਹੀ ਬਣਦੀਆਂ, ਪੈਥੀ ਜਿਹੜੀ ਮਰਜ਼ੀ ਹੋਵੇ ਬਣਾਉਣ ਦਾ ਤਰੀਕਾ ਵੱਖਰਾ ਹੈ। ਬਿਲਕੁਲ ਬਿਲਕੁਲ। ਅਤੇ ਜੇ ਅਸੀਂ ਆਪਣੇ ਬਜ਼ੁਰਗਾਂ ਤੋਂ ਆਪਣੇ ਗ੍ਰੰਥਾਂ ਦੇ ਵਿੱਚੋਂ ਸਿੱਖ ਕੇ ਖੁਦ ਉਹਨੂੰ ਓਰੀਜਨਲ ਸ਼ੇਪ ਦੇ ਵਿੱਚ ਕਰੀਏ ਅਤੇ ਉਹ ਬਹੁਤ ਹੀ ਵਧੀਆ ਚੀਜ਼ ਬਣਦੀ ਹੈ। ਇੱਕ ਨਾ ਇੱਕ ਛੋਟੇ ਛੋਟੇ ਜਿਹੇ ਪੈ ਨੇ ਕੁਝ ਦਰਖਤ ਨਾ ਮੈਨੂੰ ਦੇਖਣ ਨੂੰ ਮਿਲ ਰਹੇ ਨੇ, ਇਹਨੇ ਇਹ ਕਿਹੜੀ ਚੀਜ਼ ਦੇ ਦਰਖਤ ਨੇ, ਇਹਨਾਂ ਦਾ ਕੀ ਨਾਮ ਹੈ ਜੀ ਇਹਨਾਂ ਦਾ? ਇਹਨੂੰ ਪੇੜ ਨਾਲ ਮੈਂ ਤੁਹਾਡੀ ਇੰਟਰੋਡਕਸ਼ਨ ਕਰਵਾਉਂਦਾ ਹੈ ਜੀ। ਇਹ ਹੈਗੀ ਹੈ ਬਰੇ, ਬਰੇ ਬਰੇ, ਇਹਨੂੰ ਤੁਸੀਂ ਦੁੱਧ ਲੈ ਕੇ ਦੇਖੋ ਇਹਦੀ, ਇਹ ਸ਼ਵਾਸ ਕਾਸ ਦੀਆਂ ਬਿਮਾਰੀਆਂ ਲਈ ਇਹ ਕੰਮ ਆਉਂਦੀ ਹੈ। ਅਦਰਕ ਦੀ ਤਰ੍ਹਾਂ ਗੱਠੀ ਹੁੰਦੀ ਹੈ ਇਹਦੀ ਥੱਲੇ ਜ਼ਮੀਨ ਦੇ ਵਿੱਚ, ਅਤੇ ਕੀਟਾਣੂਆਂ ਦਾ ਨਾਸ਼ ਕਰਨਾ ਅਤੇ ਸਾਹ ਦੀਆਂ ਬਿਮਾਰੀਆਂ ਦਾ ਇਲਾਜ ਕਰਨਾ ਉਹਦੇ ਵਿੱਚ। ਇਹ ਤਾਂ ਵਿੱਚ ਤਿੰਨ ਜਿਹੜੀਆਂ ਬੂਟੀਆਂ ਜਿਹੜੀਆਂ ਸਾਰਿਆਂ ਤੋਂ ਇੰਪੋਰਟੈਂਟ ਹੈਗੀਆਂ ਉਹਨਾਂ ਵਿੱਚੋਂ ਇੱਕ ਇਹ ਹੈ। ਉਹ ਤਿੰਨ ਕਿਹੜੀਆਂ ਹੈਗੀਆਂ ਮੈਂ ਤੁਹਾਨੂੰ ਦਿਖਾਵਾਂਗਾ, ਉਹ ਸਾਹਮਣੇ ਮੇਰੇ ਗੇਟ ਦੇ ਕੋਲ ਪਲਾਂਟ ਹੈਗਾ ਨੰਬਰ 1 'ਤੇ ਹੈ, ਉਹਦਾ ਨਾਂ ਹੈ ਨਿਰਗੁੰਡੀ, ਨਿਰਗੁੰਡੀ ਅਸੀਂ ਲੋਕਲ ਭਾਸ਼ਾ 'ਚ ਉਹਨੂੰ ਬਣਾ ਕਹਿੰਦੇ ਹਾਂ। ਕਹਾਵਤ ਬਣੀ ਹੈ ਇੱਕ ਕਿ ਬੇਨਤੀ ਹੈਗੀ ਹੈ ਕਿ ਜਿੱਥੇ ਵਣਾ ਬਸੂਟੀ ਵਰੇ ਉੱਥੇ ਇਨਸਾਨ ਕਿਉਂ ਮਰੇ, ਅਗਰ ਵੈਦ ਹੈ ਤਾਂ ਹਰ ਬਿਮਾਰੀ ਦਾ ਇਲਾਜ। ਕਿਆ ਬਾਤ ਹੈ, ਇੱਥੋਂ ਤੱਕ ਕਿ ਲੌਂਗ ਲਾਈਫ ਜੀਣ ਵਾਸਤੇ ਵੀ ਇਹਨਾਂ ਤਿੰਨਾਂ ਬੂਟੀਆਂ ਦੇ ਕੰਬੀਨੇਸ਼ਨ ਦੇ ਵਿੱਚ ਅਸਰ ਹੈਗਾ ਕਿ ਤੁਸੀਂ ਲੰਬੀ ਆਯੂ ਭੋਗ ਸਕਦੇ ਹੋ। ਬਿਲਕੁਲ ਬਿਲਕੁਲ। ਅਤੇ ਰੋਸ਼ਨ ਜੀ ਮੈਂ ਚਾਹੂੰਗਾ ਕਿ ਨਾ ਅਖੀਰ ਦੇ ਵਿੱਚ
अपना एक फोन नंबर जरूर दस दे क्योंकि पार्क दोस्तों बहुत वड्डा है। जल्द ही इस पार्क का दूजा पार्ट भी लैके थोड़े सामने खोवा क्योंकि ना पार्क के जिमें कि रोशन जी ने दसा कि 150 तो ज़्यादा वरायटियां नेगियां जड़ी बूटियां दियाँ। सो असी एक इंटरव्यू नहीं दिखा सकते क्योंकि इंटरव्यू बड़ी बड़ी लंबी चली जानी हैगी। रोशन जी मैं चाहूँगा अखीर के आप संपर्क नंबर जरूर दे दिए तो उस तो बाद दूजे पार्ट ना आप जल्दी दर्शकों हाजिर होवेंगे। लास्ट अपना फोन नंबर जरूर दस दिए जी। मेरा फोन नंबर है जी 7986 06 9696 एड्रेस है 876A जलंधर। बहुत बहुत धन्यवाद रोशन जी, बहुत चंगा लगा तुम्हें मिलकर, तो ज्ञान भी बड़ा मिला। थैंक यू जी, थैंक यू। सो दोस्तों अज रोशन जी ने मुलाकात करी सी, मैनू मिल के रोशन जी ने बड़ा चंगा लगे ना क्योंकि सीखने वाली गल्लां सी इह। अक्सर जिवें मैं कहना हुंदा ना कि खास इंटरव्यू, मैनू लगता सब तो ज़्यादा खास जे कोई इंटरव्यू रही होनी तां इह होई होनी है क्योंकि अजकल दे समाज दे विच ना लोकां नूं बीमारियां बड़ियां हो चुकियां नेगियां जां फिर कह दईए प्रॉब्लमां बड़ियां हो चुकियां नेगियां। तो मैनू लगता जिहड़ियां बीमारियां दा जेकर इलाज या फिर नैचुरल तरीके नाल जेनुइन तरीके नाल जेकर कोई किस तरह का कोई ट्रीटमेंट चाहिए तो मैंने लगता सब तो ज़्यादा बेस्ट पार्क होणगे ते पार्कां दे विच जाके शेयर जरूर करनी चाहिए। तो मैं उम्मीद यही है वीडियो चंगी लगी होगी तो वीडियो तो इस सुन तो बाद तुसीं ज्ञान भी थोड़ा बड़ा मिलिया होना। तो मैं उम्मीद यही है कि जिहड़े बूटियां बारे ज्ञान दिते ने जिहड़े भी बूटियां बारे जिहड़ी भी जड़ी बूटियां बारे रोशन जी ने ज्ञान दिते ने उस जड़ी बूटियां नूं तुसीं लिया के अपने घर दे विच भी जरूर लाओगे तो कुदरत नाल जुड़ोगे। इस मैं उम्मीद यही है। बहुत तगड़े जुड़े रहो पंजाब न्यूज़ ना, मैंने यानी कि हरदीप शेरपुरा दी इजाजत, धन्यवाद।